ਬੀਤੇ ਦਿਨੀ ਪਟਿਆਲਾ ਦੇ ਵਿੱਚ ਦੋ ਨੌਜਵਾਨਾਂ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਘਟਨਾ ਦੀ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਹਮਲੇ ਤੋਂ ਬਾਅਦ ਜ਼ਖਮੀ ਨੌਜਵਾਨਾਂ ਦੇ ਵਿੱਚੋਂ ਇੱਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਦੂਜੇ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਚੰਡੀਗੜ੍ਹ PGI ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਤੇ ਕਹਿਣਾ ਹੈ ਕਿ ਉਹਨਾਂ ਦੇ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਹੀ ਦੋਸ਼ੀ ਗ੍ਰਿਫਤਾਰ ਹੁੰਦੇ ਨੇ ਤਾਂ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਸੀ ਪਹਿਲੇ ਆਪਸੀ, ਤੇ ਜਸਟ ਉਹ ਵੀ ਸਾਡੇ ਇੱਕ ਤਰ੍ਹਾਂ ਫਰੈਂਡ ਸਰਕਲ ਦੇ ਸੀਗੇ। ਉਹਨਾਂ ਨੇ ਪਹਿਲੇ ਸਾਨੂੰ ਵੀ ਫੋਨ ਕੀਤਾ ਵੀ ਤੁਸੀਂ ਆ ਜਾਓ, ਤਾਂ ਅਸੀਂ ਸਾਡੀ ਮੈਰਿਜ ਸੀਗੀ, ਅਸੀਂ ਉਹ ਵੀ ਲੜਦੇ ਨਹੀਂ ਕਿਸੇ ਨਾਲ, ਠੀਕ ਹੈ ਜੀ, ਸਾਡੇ ਘਰ ਬਾਰ ਸਾਰੇ ਸ਼ਰੀਫ ਕਰਾਉਂਦੇ ਹਾਂ ਅਸੀਂ, ਤੇ ਅਸੀਂ ਉੱਧਰੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਇਓ, ਅਸੀਂ ਜਾਂਦੇ ਨਹੀਂ, ਅਸੀਂ ਸਾਨੂੰ ਆਪਣੇ ਵਿਆਹ ਅਟੈਂਡ ਕਰਨਾ ਹੈ। ਤੇ ਵਿਆਹ ਅਟੈਂਡ ਕਰਨ ਲੱਗੇ ਭਾਅ ਜੀ, ਅਸੀਂ ਫਿਰ ਵਿਆਹ 'ਚ ਚਲੇ ਗਏ ਤੇ ਵੀਰੇ ਦੀ ਮੰਮੀ ਨੇ ਕਿਹਾ ਵੀ ਉੱਥੇ ਜਾ ਕੇ ਵੀ ਤੁਸੀਂ ਕਰੋ ਸੂਟ ਸਾਟ ਚੱਕ ਲਿਆਓ, ਤੇ ਅਸੀਂ ਉੱਧਰੋਂ ਇੱਕ ਮੁੰਡਾ ਚੱਕਣਾ ਸੀਗਾ ਜਿਹੜਾ ਸਾਡੇ ਨਾਲ ਵਿਆਹ 'ਚ ਜਾਏਗਾ ਜਾ ਰਿਹਾ ਸੀ। ਤੇ ਭਾਅ ਜੀ ਉੱਧਰੋਂ ਜਾਂਦੇ ਜਾਂਦੇ ਨਾ ਇਹਨਾਂ ਨੇ, ਅਸੀਂ ਜਿਹੜੇ ਰਸਤੋਂ ਜਾ ਰਹੇ ਸੀਗੇ ਇਹ ਹੱਥ ਮਾਰ ਕੇ ਇਹਨਾਂ ਨੇ ਰੋਕਿਆ ਪਹਿਲੇ ਸਾਨੂੰ। ਪਹਿਲੇ ਇਹਨਾਂ ਨੇ ਬਾਈਕ ਵਿੱਚ ਖੜਾਏ ਪਏ ਸੀ ਰੋਡ ਦੇ, ਵੀ ਉਰੇ ਦੀ ਉਹਨਾਂ ਦੀ ਗੱਡੀ ਲੰਘੀ ਗਈ ਤੇ ਫੋਰਚੂਨਰ ਗੱਡੀ ਸੀ ਸਾਡੇ ਕੋਲ, ਤੇ ਇਹਨਾਂ ਨੇ ਪਹਿਲੇ ਹੱਥ ਮਾਰ ਕੇ ਰੋਕਿਆ ਸਾਨੂੰ, ਖੜਾਇਆ ਤੇ ਗੱਲ ਕੀਤੀ ਇਹਨਾਂ ਨੇ ਵੀ ਕਹਿ ਰਹੇ ਸੀ ਵੀ ਤੁਸੀਂ ਵੀ ਸੀ ਲੜਾਈ 'ਚ, ਤੇ ਅਸੀਂ ਕਿਹਾ ਭਾਅ ਜੀ ਅਸੀਂ ਤਾਂ ਆਪਣਾ ਵਿਆਹ ਅਟੈਂਡ ਕਰ ਰਹੇ ਸੀ, ਅਸੀਂ ਥੋੜ੍ਹਾ ਜਲਦਬਾਜ਼ੀ ਆ ਸਾਨੂੰ ਜਾ ਲੈਣ ਦਿਉ, ਠੀਕ ਹੈ ਜੀ, ਕਿਉਂਕਿ ਸਾਨੇ ਉੱਥੇ ਸਾਨੂੰ ਕੰਮ ਸੀਗੇ ਵਿਆਹ 'ਚ। ਤੇ ਉਹਨਾਂ 'ਚ ਇੱਕ ਮੁੰਡਾ ਖੜਾ ਹੋ ਕੇ ਜਿਹੜਾ ਬੈਠਾ ਸੀਗਾ ਉਹ ਖੜਾ ਹੋ ਕੇ ਉਹਨੇ ਅਸਲਾ ਸੀ ਰਿਵਾਲਵਰ ਸੀ ਉਹਦੇ ਕੋਲ, ਤੇ ਉਹਨੇ ਗੱਲਾਂ ਕਰਦੇ ਕਰਦੇ ਉਹਨੇ ਕਹਿੰਦਾ ਇਹ ਸਾਨੇ ਰਿਵਾਲਵਰ ਕਹਿੰਦਾ ਇਹ ਨਹੀਂ ਲਾਈ ਪਈ, ਠੀਕ ਹੈ ਜੀ, ਤੇ ਉਹ ਕਹਿੰਦਾ ਵੀਰੇ ਯਾਰ, ਕਹਿੰਦਾ ਯਾਰ ਮੇਰੇ ਵਾਲੇ ਕੋਈ ਆਪਣੀ ਕੋਈ ਗੱਲ ਨਹੀਂ ਹੈਗੀ, ਠੀਕ ਹੈ, ਕਹਿੰਦਾ ਆਪਣਾ ਮੈਂ ਤਾਂ ਉਰੇ ਆਪਣਾ ਲੜਾਈ 'ਚ ਹੈ ਹੀ ਨਹੀਂ, ਤੇ ਅਸੀਂ ਜਸਟ ਸਾਨੂੰ ਜਾ ਲੈਣ ਦਿਓ, ਅਸੀਂ ਜਲਦਬਾਜ਼ੀ 'ਚ ਹਾਂ। ਤੇ ਇੰਨੀ ਗੱਲ ਕਰਦੇ ਕਰਦੇ ਉਹਨਾਂ ਨੇ ਫਿਰ ਹਾਂਜੀ, ਤੇ ਉਹਨਾਂ ਨੇ ਇੰਨੀ ਗੱਲ ਕਰਦੇ ਕਰਦੇ ਭਾਅ ਜੀ ਉਹਨਾਂ ਨੇ ਬਾਈ ਗੱਲ ਸਾਰੀ ਹੋ ਗਈ, ਤੇ ਅਸਲ ਉਹਨੇ ਫਿਰ ਉਹ ਵੀ ਮੁੰਡੇ ਨੇ ਅੰਦਰ ਰੱਖ ਲਿਆ ਸੀਗਾ। ਤੇ ਜਦੋਂ ਉਹਨਾਂ ਨੇ ਗੱਡੀ ਨੂੰ ਵੀਰੇ ਨੇ ਹੱਥ ਪਾਉਣ ਲੱਗਿਆ ਗੱਡੀ 'ਚ ਅੰਦਰ ਬੈਠਣ ਨੂੰ, ਸਾਰੇ ਬਾਹਰ ਹੀ ਖੜੇ, ਤੇ ਉਹਨਾਂ ਨੇ ਪਿੱਛੋਂ ਵਾਰ ਕੀਤਾ। ਉਹਨਾਂ ਕੋਲ ਸਰ ਟਾਕੂਏ ਸੀਗੇ, ਤਲਵਾਰਾਂ ਸੀਗੀਆਂ ਤੇ ਇੱਕ ਰਿਵਾਲਵਰ ਸੀਗੀ ਉਹਨਾਂ ਲਵੇ। ਕਿੰਨੀ ਕੁ ਕੀ ਅਪੀਲ ਕਰਦਾ ਪ੍ਰਸ਼ਾਸਨ ਨੂੰ? ਸਰ ਪ੍ਰਸ਼ਾਸਨ ਨੂੰ ਤਾਂ ਇਹ ਅਪੀਲ ਕਰਦੇ ਹਾਂ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ, ਠੀਕ ਹੈ ਜੀ, ਇਨਸਾਫ ਸਾਨੂੰ ਇਨਸਾਫ ਚਾਹੀਦਾ। ਸਾਡੇ ਭਾਈ ਦਾ ਅੰਗੂਠਾ ਗੁੱਟਿਆ ਗਿਆ ਹੈ। ਅੱਛਾ ਸਰ, ਦੀਪਾਂਸ਼ ਕੀ ਸਾਰਾ ਘਟਨਾ ਕਰਾਉਂ? ਸਰ ਮੇਰੇ ਭਰਾ ਦੀ ਮੈਰਿਜ ਸੀ ਸਗੇ ਮਾਮੇ ਦੇ ਮੁੰਡੇ ਦੀ, ਅਸੀਂ ਮੈਰਿਜ ਤੋਂ ਮੈਰਿਜ ਦਾ ਸਮਾਨ ਲੈਣ ਆ ਰਹੇ ਸੀਗੇ, ਮੈਰਿਜ 'ਚ ਸੀਗੇ, ਘਰਦਿਆਂ ਦਾ ਸੂਟ ਲੈਣਾ ਸੀ, ਅਤੇ ਸੂਟ ਤਾਂ ਮਿਲਿਆ ਨਹੀਂ, ਅਸੀਂ ਘਰੇ ਗਏ ਤਾਂ ਚਾਬੀ ਨਹੀਂ ਸੀ ਘਰ ਦੀ, ਅਸੀਂ ਵਾਪਿਸ ਆਉਣ ਲੱਗੇ ਤਾਂ ਮੇਰੇ ਇੱਕ ਫਰੈਂਡ ਦਾ ਫੋਨ ਆਇਆ ਕਿ ਹਾਂ ਵੀ ਮੈਂ ਇੱਧਰ ਖੜਿਆ, ਸਾਨੂੰ ਲੈ ਜਾ ਰਹੇ ਸੀਗੇ, ਉਹ ਵੀ ਵਿਆਹ ਵਾਸਤੇ ਤਿਆਰ ਸੀਗਾ, ਅਤੇ ਉਹਨਾਂ ਦੇ ਵਿੱਚ 'ਚ ਇਹਨਾਂ ਨੇ ਇਹ ਸੀਗੇ ਪਿਊਸ਼ ਹੋਰੇ ਸਾਰੇ, ਇਹਨਾਂ ਨੇ ਰਸਤੇ ਸਾਡੀ ਗੱਡੀ ਰੋਕੀ ਅਤੇ ਗੱਡੀ ਰੋਕ ਕੇ ਸਾਡੇ 'ਤੇ ਹਮਲਾ ਕੀਤਾ ਇਹਨਾਂ ਨੇ। ਪਿਊਸ਼ ਨੇ ਸਾਨੂੰ ਅਸਲਾ ਵੀ ਦਿਖਾਇਆ, ਉਹਨੇ ਅਸਲਾ ਵੀ ਦਿਖਾਇਆ ਸੀ ਸਾਨੂੰ, ਅਸਲਾ ਦਿਖਾ ਅੱਗੇ ਜਾ ਵਜੇ ਗੱਡੀ, ਇੱਕ ਉਹਨਾਂ ਕੋਲ ਅਸਲਾ ਸੀ ਜੀ, ਸਿਕਸਰ ਸੀ, ਫਿਰ ਕਿਰਪਾਨਾਂ ਗੰਡਾਸੇ ਔਰ ਟਾਟੂਏ ਜਿਹੜੇ ਹੁੰਦੇ ਮੇਰੇ ਜੀ, ਪਹਿਲਾਂ ਤਾਂ ਉਹਨਾਂ ਨੇ ਰੋਡ ਮਾਰੀ ਪਿੱਠ, ਉਹ ਮੈਂ ਗੱਡੀ ਪਿੱਠ ਲੱਗਿਆ ਖੰਡੇ ਨਾਲ,
ਖੰਡਾ ਸੀ, ਰੋਡ ਸੀ, ਗੰਡਾਸਾ ਸੀ, ਸਭ ਸਭ ਮਾਰੇ ਜੀ ਉਹਨਾਂ ਨੇ। ਤਲਵਾਰ ਸਿਰ 'ਚ ਲੱਗੀ ਸਰ, ਸਿਰ 'ਚ ਉਹ ਤਾਂ ਟਾਂਕੇ 'ਚ ਲੱਗੇ, ਬਾਕੀ ਗੁੰਮ ਹੈ। ਕਿੰਨੇ ਬੰਦੇ ਇੰਜਰਡ ਹੋਏ? ਉਹ ਜੀ 15 ਬੰਦੇ ਸੀ, 15 ਬੰਦੇ ਸੀ। ਕਿੰਨੇ ਬੰਦੇ ਸੀ ਤੁਹਾਡੇ? 15 ਸੀ। ਕਿੰਨੇ ਸੀ? ਅਸੀਂ 3 ਸੀ ਜੀ। ਹਾਂਜੀ, ਨਹੀਂ ਨਹੀਂ, ਇੱਕ ਦੋ ਇੰਜਰਡ ਹੈ, ਇੱਕ ਅਸੀਂ ਗੱਡੀ 'ਚ ਬੰਦ ਕਰਤਾ ਸੀ, ਉਹ ਬੱਚਾ ਸੀ ਸਾਡੇ ਨਾਲ ਛੋਟਾ, ਇੱਕ ਅਸੀਂ ਉਹਨੂੰ ਗੱਡੀ 'ਚ ਬੰਦ ਕਰਤਾ ਕਿ ਤੂੰ ਸਾਡੇ ਘਰੇ ਫੋਨ ਕਰਦੇ। ਅਤੇ ਬਾਕੀ ਸਾਡੇ ਜਦੋਂ ਰਾੜਾ ਮਾਰ ਰਹੇ ਸੀਗੇ, ਮੇਰਾ ਬੜਾ ਭਰਾ ਰਾਹੁਲ, ਉਹ ਮੁਛੜਾਉਣ ਲਈ ਆਇਆ, ਉਹਦੇ ਰਾੜ ਮਾਰ ਕੇ ਸਿਰ 'ਚ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਗਿਆ, ਉਹ ਪੀ ਜੀ ਆਈ ਰੈਫਰ ਕਰਤਾ, ਉਹਨੂੰ ਜਵਾਬ ਦਿੱਤਾ ਸੀ ਜੀ ਉਹ ਤੋਂ। ਲੜਾਈ ਦਾ ਕਾਰਨ ਕੁਛ ਨਹੀਂ ਸੀ ਜੀ, ਉਹਨਾਂ ਨੇ ਸਾਡੀ ਨਜਾਇਜ਼ ਗੱਡੀ ਰੋਕੀ ਹੱਥ ਮਾਰ ਕੇ, ਕਹਿੰਦੇ ਕਿ ਸਾਡੀ ਲੜਾਈ ਹੋਈ ਹੈ, ਤੁਸੀਂ ਲੜਨ ਆਇਓ। ਮੈਂ ਕਿਹਾ ਅਸੀਂ ਲੜਨ ਫੋਰਚੂਨਰ ਗੱਡੀ ਥੋੜ੍ਹੇ ਲੈ ਕੇ ਆਵਾਂਗੇ, ਜਾਂ ਅਸੀਂ ਕੋਟ ਪੈਂਟ ਥੋੜ੍ਹਾ ਕੋਟ ਪੈਂਟ ਪਾ ਕੇ ਥੋੜ੍ਹਾ ਲੜਨ ਆਵਾਂਗੇ ਸਰ। ਮੈਂ ਕਿਹਾ ਸਾਡੇ ਭਰਾ ਦਾ ਵਿਆਹ ਹੈ, ਸਾਡੀ ਮੈਰਿਜ ਹੈ, ਸਾਨੂੰ ਜਾਣ ਦਿਉ ਬਸ। ਮੈਂ ਗੱਡੀ 'ਚ ਬੈਠਣ ਲੱਗਾ, ਉਹਨੇ ਪਿੱਠ ਪਿੱਛੋਂ ਰੌੜ ਮਾਰੀ, ਹਾਂਜੀ ਸਰ। ਇੱਕ ਹੈਗਾ ਜੀ ਪਿਊਸ਼, ਇੱਕ ਐਨਕਲਾ ਮੁੰਡਾ ਆਯੂਸ਼ ਮੋਟਰਸਾਈਕਲ ਉਹਦੇ ਨਾਲ, ਅਤੇ ਯਸ਼ ਮਹਿਰਾ ਸਰ, ਯਸ਼ ਮਹਿਰਾ, ਜਾਂ ਇੱਕ ਮੋਂਟੀ। ਆਤਿਸ਼ਬਾਜ਼ੀਆਂ ਚਲਾਈਆਂ, ਜਿਸ 'ਚ ਮੇਰੀ ਮਾਸੀ ਦੀ ਕੁੜੀ ਦਾ ਨਾ ਸੂਟ ਫੁੱਕ ਗਿਆ ਸੀ ਜੀ। ਮੇਰੀ ਮਾਮੀ ਜੀ ਨੇ ਆਪਣੇ ਬੇਟੇ ਨੂੰ ਨਾ ਘਰੇ ਭੇਜਿਆ ਸੀ ਸੂਟ ਲੈਣ ਲਈ ਜੀ, ਤੇ ਉਹਨਾਂ ਨੇ ਵਿੱਚ ਨਾ ਇਹ 3 ਜਣੇ ਸੀਗੇ, ਇੱਕ ਮੇਰੇ ਮਾਮੀ ਜੀ ਦਾ ਮੁੰਡਾ ਸੀ ਜਿਹਦਾ ਨਾਮ ਹੈ ਦੀਪਾਂਸ਼ੂ, ਉਮਰ 20 ਸਾਲਾਂ ਦੀ, ਇੱਕ ਮੁੰਡਾ ਰਾਹੁਲ ਸੀਗਾ ਜਿਹੜਾ ਬਹਾਦਰਗੜ੍ਹ ਤੋਂ ਆਇਆ ਪਿਆ ਸੀ, ਉਹ ਵੀ ਮੇਰੇ ਮਾਮਾ ਜੀ ਦਾ ਮੁੰਡਾ, ਉਹਦੀ ਉਮਰ 25 ਸਾਲ ਦੀ, ਇੱਕ ਜੱਗਾ ਮੁੰਡਾ ਸੀ ਜਿਹਦਾ ਨਾਮ ਲਵਿਸ਼ ਹੈ, ਠੀਕ ਹੈ ਜੀ। 3 ਮੁੰਡੇ ਸੀਗੇ, ਉਹਦੇ ਵਿੱਚ ਜਿਹਨਾਂ ਨੂੰ ਕਿਸੇ ਮੁੰਡੇ ਦਾ ਫੋਨ ਆਇਆ ਸੀ ਕਮਲ ਦਾ, ਜਿਹਨੂੰ ਇਹ ਮਿੰਦਰਾ ਕੋਲਸ ਤੋਂ ਚੱਕਣ ਲਈ ਗਏ ਸੀਗੇ, ਅਤੇ ਵਿੱਚ 'ਚ ਇਹਨਾਂ ਨੇ ਸ਼ੋਰਟਕੱਟ ਲਿੱਤਾ ਸੀਗਾ ਰਾਜ ਕਲੋਨੀ 'ਚੋਂ ਜੀ, ਅਤੇ ਅੱਗੇ ਇਹਨਾਂ ਨੂੰ ਪਤਾ ਨਹੀਂ ਸੀ ਜੀ, ਉਹ ਪਹਿਲਾਂ ਤੋਂ ਹੀ ਪਲੈਨਿੰਗ ਖੜ ਕੇ, ਜਿਹੜੇ ਮੁੰਡੇ ਸੀਗੇ ਪਹਿਲਾਂ ਤੋਂ ਹੀ ਪਲੈਨਿੰਗ ਬਣਾ ਕੇ ਖੜੇ ਹੋਏ ਸੀ ਸਰ। ਉਹਨਾਂ ਨੇ ਮੋਟਰਸਾਈਕਲਾਂ ਵਿੱਚ ਬਾਏ ਰਸਤੇ ਦੇ ਵਿੱਚ ਹੀ ਲਾਏ ਪਏ ਸੀਗੇ ਜੀ, ਜਦ ਇਹ ਜਾ ਰਿਹਾ ਸੀ ਜੀ ਇਹਨੂੰ ਹੱਥ ਦੇ ਕੇ ਰੋਕਿਆ, ਦਿਵਾਂਸ਼ੂ ਜਸਟ ਗੱਲ ਕਰਨ ਲਈ ਨੀਚੇ ਉਤਰਿਆ ਸਰ, ਇੰਨੇ 'ਚ ਗੱਲਾਂ ਕਰਦੇ ਕਰਦੇ ਹਲ ਇਹਨੇ ਤਾਂ ਹੈਂਡਸ਼ੇਕ ਵੀ ਕਰੀ ਹੈ, ਹੈਲੋ ਮਲਾਈਏ ਕਿ ਹਾਂਜੀ ਦੱਸੋ ਕੀ ਹਾਲ, ਪਿੱਛੇ ਤੋਂ ਆ ਕੇ ਉਹਨਾਂ ਨੇ ਇਹਦੇ ਸਿਰ 'ਚ ਰਾੜ ਮਾਰੀ ਹੈ, ਉਸ ਤੋਂ ਬਾਅਦ ਬਸ ਨਾਲ ਹੀ ਮਾਰਦੇ ਸਰ। ਜਿਹੜਾ ਮੇਰਾ ਦੂਜਾ ਭਾਈ ਸੀ ਰਾਹੁਲ, ਜਿਹੜਾ ਬਹਾਦਰਗੜ੍ਹ ਤੋਂ ਸੀਗਾ ਸਰ, ਉਹ ਨਾਲ ਹੀ ਇਹਨੂੰ ਬਚਾਉਣ ਲਈ ਆਇਆ ਸਰ, ਉਹਦੇ ਵੀ ਇੰਨੀਆਂ ਮਾਰੀਆਂ ਗਈਆਂ, ਉਹ ਉੱਥੇ ਵੀ ਹੋਸ਼ ਹੋ ਗਿਆ ਸੀਗਾ ਸਰ। ਉਸ ਤੋਂ ਬਾਅਦ ਉਸਨੂੰ ਨਹੀਂ ਮਾਰਿਆ, ਫਿਰ ਇਸਨੂੰ ਬਹੁਤ ਮਾਰੇ ਤਲਵਾਰਾਂ ਨਾਲ, ਜਦਕਿ ਤੁਸੀਂ ਸੀਸੀਟੀਵੀ ਫੁਟੇਜ ਸਾਡੇ ਕੋਲ ਉਹ ਵੀ ਤੁਸੀਂ ਦੇਖ ਲਓਗੇ, ਤਲਵਾਰਾਂ ਨਾਲ ਟਾਕੂਏ ਨਾਲ ਸਰ ਮਾਰਿਆ ਗਿਆ ਹੈਗਾ। ਇਹਦੇ ਅੰਗੂਠਾ ਦੇ ਇਹਨੇ ਆਪਣੇ ਆਪ ਨੂੰ ਐਵੇਂ ਫੜਨ ਦੀ ਕੋਸ਼ਿਸ਼ ਕਰੀ ਹੈ, ਉਹਦੇ ਵਿੱਚ ਇਹਦੇ ਅੰਗੂਠੇ ਵੀ ਇੰਜਰਡ ਹੈ ਸਰ, ਜਿਸ 'ਚ ਡਾਕਟਰ ਕਹਿ ਰਿਹਾ ਕਿ ਇਹਦੀ ਹੱਡੀ ਵੀ ਕੱਟ ਗਈ ਹੈ ਅਤੇ ਸਾਡੇ ਮੁੰਡੇ ਦਾ ਅੰਗੂਠਾ ਵੀ ਕੱਟਿਆ ਜਾਊਗਾ ਸਰ। ਕਿੰਨੀ ਦਰਦਨਾਕ ਇਹਨੇ ਮਤਲਬ ਦਰਦਨਾਕ ਨਾਲ ਮਾਰ ਰਹੇ ਸੀਗੇ ਸਰ, ਕਿ ਸਾਡੇ ਕਿ ਬੱਚੇ ਸੇਫ ਨਹੀਂ ਹੈਗੇ ਆ। ਅਪੀਲ ਸਰ ਇਹੀ ਕਰਦੇ ਕਿ ਬਸ ਸਾਨੂੰ ਹੱਕ ਨੂੰ ਇਨਸਾਫ਼ ਦਿੱਤਾ ਜਾਵੇ ਸਰ, ਕਿਉਂਕਿ ਹਾਲੇ ਤੱਕ ਸਾਡੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਹੈ। ਪਿਊਸ਼ ਮੁੰਡਾ ਸਰ, ਸ਼ੀਤਲਾ ਮਾਤਾ ਮੰਦਿਰ ਦੇ ਕੋਲ ਰਹਿਣ ਵਾਲਾ, ਇੱਕ ਮੋਂਟੀ ਸੀਗਾ, ਇੱਕ ਯਸ਼ ਮਹਿਰਾ ਹੈਗਾ ਜਿਹਦੇ ਕੋਲ ਵਾਈਟ ਕਲਰ ਦੀ ਬਾਈਕ ਹੈ, ਸੀਸੀਟੀਵੀ ਫੁਟੇਜ ਸਰ ਤੁਸੀਂ ਦੇਖ ਲਓਗੇ, ਉਹਨੇ ਹੀ ਰੋਡ ਬਲੋਕ ਕਰਿਆ ਹੋਇਆ ਸੀਗਾ ਸਰ। ਬਸ ਸਰ ਇਸ ਤਰ੍ਹਾਂ ਫਿਰ ਮਤਲਬ ਮਾਹੌਲ ਹੀ ਠੀਕ ਨਹੀਂ ਹੈ, ਬੱਚੇ ਨਾ ਬਾਹਰ ਕੱਢੋ ਘਰ ਤੋਂ, ਅਸੀਂ ਤਾਂ ਫਿਰ ਕਿਤੇ ਵੀ ਆਪਣੇ ਬੱਚੇ ਸੇਫ ਨਹੀਂ ਹੈ ਸਰ, ਕਿ ਜੇ ਇਸ ਤਰ੍ਹਾਂ ਸਾਡੇ ਮੁੰਡੇ ਨਾਲ ਹੋ ਰਿਹਾ, ਉਹਦਾ ਹੁਣ ਡਾਕਟਰਸ ਕਹਿ ਰਹੇ ਅੰਗੂਠਾ ਕੱਟਿਆ ਜਾ ਸਕਦਾ, ਇਸ ਤਰ੍ਹਾਂ ਨਾਲ ਤਾਂ ਹੈਂਡੀਕੈਪ 'ਚ ਹੋ ਜਾਏਗਾ ਨਾ ਸਰ ਸਾਡਾ ਮੁੰਡਾ। ਫਿਰ ਕੱਲ੍ਹ ਤੋਂ ਸਾਡੇ ਪੁਲਿਸ ਵਾਲੇ 2 ਨੰਬਰ ਡਿਵੀਜ਼ਨ ਬਲਕਾਰੀ ਇਸੇ ਸਾਡੇ ਬਿਆਨ ਲੈ ਕੇ ਗਏ ਪਏ ਆ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੈ ਸਰ। ਜਿਹੜਾ ਪੀ ਜੀ ਆਈ ਮੇਰਾ ਭਾਈ ਹੈਗਾ ਰਾਹੁਲ,
ਉਹ ਹਲੇ ਤੱਕ ਮਤਲਬ ਬੋਲ ਵੀ ਨਹੀਂ ਸਕਦਾ ਹੈਗਾ, ਇੰਨਾ ਕੁ ਜ਼ਿਆਦਾ ਉਹ ਬਿਮਾਰ, ਇੰਨਾ ਕੁ ਜ਼ਿਆਦਾ ਉਸਨੂੰ ਮਾਰਿਆ ਹੈਗਾ ਸਰ ਕਿ ਉਹਦਾ ਮੂੰਹ ਨਾ ਪੂਰਾ ਮੂੰਹ ਸਵੈਲਿੰਗ ਹੋਇਆ ਪਿਆ, ਤੁਸੀਂ ਵੀਡੀਓ ਦਿਖਾਵਾਂਗੇ, ਤੁਹਾਨੂੰ ਵੀਡੀਓ ਦੇਵਾਂਗੇ ਅਸੀਂ ਤੁਸੀਂ ਦੇਖੋ। ਉਹਦੀ 25 ਸਾਲਾਂ ਦੀ ਹੈ ਸਰ, ਇਹਦੀ 20 ਸਾਲਾਂ ਦੀ ਸਰ। ਬਸ ਹਾਂਜੀ ਸਰ, ਇੱਥੇ ਜਿਹੜਾ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜੀ, ਉਹਦੇ ਵਿੱਚ ਮੁੰਡੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ, ਕਿਰਪਾਨਾਂ ਨਾਲ ਕੀ ਮਾਮਲਾ ਹੈ ਸਰ? ਕਿਰਪਾਨਾਂ ਵਗੈਰਾ ਤਾਂ ਇਹ ਕੋਈ ਮਾਮਲਾ ਸਾਹਮਣੇ, ਵੀਡੀਓ ਵਗੈਰਾ ਅਸੀਂ ਵੀ ਦੇਖ ਰਹੇ, ਪੜਤਾਲ ਚੱਲ ਰਹੀ ਉਸ ਚੀਜ਼ ਦੀ। ਪਰਸੋਂ ਸ਼ਾਮੀ ਸਾਡੇ ਕੋਲ 7 ਵਜੇ ਤਕਰੀਬਨ ਇੰਟੀਮੇਸ਼ਨ ਹੋਸਪਿਟਲ 'ਚ ਹੋਇਆ ਵੀ ਲੜਾਈ ਝਗੜਾ ਹੋਣ ਕਾਰਨ ਵੀ ਇੱਥੇ ਦਾਖਲ ਨੇ, ਇੱਕ ਪੀ ਜੇ ਦਾਖਲ ਹੈ ਅਤੇ ਉਸਦੇ ਬਿਆਨ ਕੱਲ੍ਹ ਲਿੱਤੇ ਗਏ ਸੀਗੇ, ਪਰਸੋਂ ਜਾ ਕੇ ਸਵੇਰੇ ਉਹਨੂੰ ਮੁੰਡੇ ਨੇ ਕੱਲ੍ਹ ਬਿਆਨ ਲਿੱਤੇ ਨੇ IU ਨੇ ਜਾ ਕੇ, ਅਤੇ ਜਿਹੜੀ ਵੀਡੀਓ ਵਾਇਰਲ ਹੋਈ ਸੀ, ਪੜਤਾਲ ਚੱਲ ਰਹੀ ਹੈ ਵੀ ਕੀ ਗੱਲ ਬੋਲ ਰਹੀ, ਕਿਹੜੇ ਮੁੰਡੇ ਨੇ, ਕਿੱਥੋਂ ਦਾ ਰਹਿਣਾ ਹੈ ਜੀ, ਉਹਨਾਂ ਦੀ ਚੀਜ਼ ਬਾਰੇ ਕੁਛ ਨਹੀਂ ਪਤਾ। ਇੰਜਰਡ ਸਿਰਫ 2 ਜਣੇ ਨੇ ਮੁੰਡੇ ਜਿਹੜੇ ਇੰਜਰਡ ਹੋਏ ਨੇ, ਇੱਕ ਦਾ ਮੁੰਡਾ ਨਾਮ ਹੈਗਾ ਦੀਪਾਂਸ਼ੂ, ਇੱਕ ਮੁੰਡਾ ਹੈਗਾ ਰਾਹੁਲ। ਕਿੰਨੀ ਉਮਰ ਹੈ ਜੀ ਇਹਨਾਂ ਦੀ? 22 ਸਾਲ ਉਮਰ ਇਹਨਾਂ ਦੀ। ਜਿਹੜੇ ਬੱਚੇ ਇੰਜਰਡ ਹੋਏ ਉਹਦੀ ਸਥਿਤੀ ਕੀ ਹੈ? ਸਥਿਤੀ ਠੀਕ ਨੇ ਮੁੰਡੇ, ਅੰਡਰ ਹੋਸ਼ ਨੇ, ਹੋਸ਼ ਨੇ ਮੁੰਡੇ, ਪਰ ਉਹਨਾਂ ਬਿਆਨ ਵਗੈਰਾ ਲਿੱਤੇ ਕਿ ਪੜਤਾਲ ਜਿਹੜੀ ਵੀਡੀਓ ਵਗੈਰਾ ਲਿਖੀ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜੀ। ਬਾਕੀ ਪੜਤਾਲ ਚੱਲ ਰਹੀ, ਪੜਤਾਲ ਤੋਂ ਬਾਅਦ ਜੋ ਵੀ ਅੱਗੇ ਕਾਰਵਾਈ ਹੋਊਗੀ ਦੇਖੀ ਜਾਊਗੀ। ਬਿਊਰੋ ਰਿਪੋਰਟ।